ਪਿਛਲੀ ਬਾਰਿਸ਼ ਨੇ 2 ਮਹੀਨਿਆਂ ਦੌਰਾਨ ਭਾਵੇਂ ਕੋਈ ਭਰਵੀਂ ਬਾਰਿਸ਼ ਨਹੀਂ ਹੋਈ, ਫਸਲਾਂ ਦੇ ਅਸਾਰ ਸੋਕੇ ਵਾਲੇ ਬਣੇ ਹੋਏ ਸਨ, ਪਰ ਕਿਸਾਨਾਂ ਨੇ ਆਪਣੀ ਮਿਹਨਤ ਸਦਕਾ ਫਸਲਾਂ ਨੂੰ ਨਪੇਰੇ ਚਾੜ ਹੀ ਲਿਆ। ਪਰ 3 ਦਿਨਾਂ ਦੀ ਭਰਵੀਂ ਬਰਸਾਤ ਨੇ ਤੇਜ਼ ਹਵਾਵਾਂ ਨੇ ਨਰਮੇ ਦੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ। ਇਸ ਨਾਲ ਹੀ ਝੋਨੇ ਦੀ ਪੱਕੀ ਫਸਲ ਵੀ ਧਰਤੀ ਤੇ ਵਿਛਣ ਕਾਰਨ ਪਾਣੀ 'ਚ ਡੁੱਬ ਗਈ ਹੈ। ਭਾਈ ਜੀ, ਜਿਵੇਂ ਆਪਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਆਉਣਗੀਆਂ, ਦੇਖੋ ਸਾਡਾ ਮਹਿਕਮਾ ਜਿਹੜਾ, ਅਸੀਂ ਨੁਕਸਾਨ ਕਿੰਨਾ ਹੋਇਆ, ਕਿੰਨੀ ਭਰਪਾਈ ਹੋਣੀ ਚਾਹੀਦੀ ਹੈ, ਉਹ ਚੀਜ਼ ਅਸੀਂ ਬਜਟ ਬਣਾ ਸਕਦੇ ਹਾਂ। ਅਤੇ ਜਿਵੇਂ ਜਿਵੇਂ ਸਰਕਾਰ ਵੱਲੋਂ ਹਦਾਇਤਾਂ ਆਉਣਗੀਆਂ, ਜਾਂ ਗਰਦੌਰੀ ਦੀ ਜਿਵੇਂ ਪਟਵਾਰੀ ਨੂੰ ਕਿਹਾ ਗਿਆ ਵੀ ਗਰਦੌਰੀਆਂ ਕਰੋ ਜਾ ਕੇ ਵੀ ਕਿੰਨਾ ਨੁਕਸਾਨ ਹੋ ਚੁੱਕਿਆ, ਉਹ ਸਾਡੇ ਮਹਿਕਮੇ ਦੇ ਨਾਲ ਮਿਲ ਕੇ ਪਟਵਾਰੀ ਸਾਹਿਬ ਵੀ ਹੋਣਗੇ, ਉਹ ਜਿੰਨਾ ਭਰਪੂਰ ਹੈ ਜੋ ਸਰਕਾਰ ਵੱਲੋਂ ਹਦਾਇਤਾਂ ਆਉਣਗੇ ਉਸ ਹਿਸਾਬ ਨਾਲ ਪਵਾਉਣਗੇ। ਉਹੀ ਗੱਲ ਹੈ, ਜਿਵੇਂ ਆਪਾਂ ਨੂੰ ਉੱਤੋਂ ਹਦਾਇਤਾਂ ਆਉਣਗੀਆਂ ਵੀ ਤੁਸੀਂ ਉੱਥੇ ਜਾ ਕੇ ਮੁਆਵਜ਼ਾ ਕਰੋ, ਜਾਂ ਅਸੀਂ ਆਪ ਵੀ ਆਪਦੇ ਲੈਵਲ 'ਤੇ ਦੇਖੀ ਜਾਂਦੇ ਹਾਂ, ਜਿਵੇਂ ਸਾਡੇ ਪਿੰਡਾਂ 'ਚ ਜਿਹਨੂੰ ਬੜੇ ਸਰਕਲ ਮਿਲਿਆ ਹੋਇਆ, ਉਹਦੇ ਵਿੱਚ ਆਪਾਂ ਨੁਕਸਾਨ ਸਾਰਾ ਟੋਟਲ ਵਰਕਆਊਟ ਕਰਾਂਗੇ ਵੀ ਕਿੰਨਾ, ਠੀਕ ਹੈ। ਅਤੇ ਪਟਵਾਰੀ ਨਾਲ ਹੋਣਗੇ, ਗਰਦੌਰੀਆਂ ਕਰਨਗੇ, ਹਾਂਜੀ ਇਹ ਫਸਲਾਂ ਲੱਗੀਆਂ ਹੋ ਗਿਆ ਜੀ। ਮੰਤਰੀ ਸਾਹਿਬ ਦਾ ਬਿਆਨ ਆਇਆ ਅੱਜ ਵੀ ਗਰਦੌਰੀਆਂ ਕੀਤੀਆਂ ਜਾਣਗੀਆਂ ਸਾਰੇ ਜ਼ਿਲ੍ਹਿਆਂ, ਠੀਕ ਹੈ, ਉਹ ਸਾਡੇ ਨਾਲ ਮਿਲ ਕੇ ਮਤਲਬ ਕਰ ਲਾਂਗੇ ਕਿੰਨਾ ਨੁਕਸਾਨ। ਬਰੇਡਾ ਤੋਂ ਜਗਦੀਸ਼ ਗੋਇਲ ਦੀ ਰਿਪੋਰਟ, ਚੈਨਲ 2।